ਜਾਗੋ ਰੱਖੇ ਸਾਈਆਂ ਮਾਰ ਸਕਿਆ ਨਾ ਕੋਈ, ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ। ਜਦੋਂ ਰੱਬ ਨੇ ਕਿਸੇ ਨੂੰ ਬਚਾਉਣਾ ਹੋਵੇ ਤਾਂ ਕੋਈ ਨਾ ਕੋਈ ਸਹਾਰਾ ਬਣ ਕੇ ਪਹੁੰਚ ਹੀ ਜਾਂਦਾ ਹੈ। ਇਸੇ ਤਰ੍ਹਾਂ ਹੀ ਚੰਡੀਗੜ੍ਹ ਦੇ ਵਿੱਚ ਹੋਇਆ, ਜਦੋਂ ਇੱਕ ਪੰਛੀ ਦਰਖਤ 'ਤੇ ਫਸਿਆ ਹੋਇਆ ਸੀ ਤਾਂ ਚੰਡੀਗੜ੍ਹ ਵਿੱਚ ਅਜੀਬ ਨਾਮ ਦੀ ਲੜਕੀ ਨੇ ਦੇਖਿਆ ਤਾਂ ਉਸਨੇ ਤੁਰੰਤ ਹੀ ਚੰਡੀਗੜ੍ਹ ਪੁਲਿਸ ਨੂੰ ਫੋਨ ਕੀਤਾ ਅਤੇ ਬਹੁਤੀ ਦੇਰੀ ਨਾ ਕਰਦੇ ਕੁਝ ਹੀ ਮਿੰਟਾਂ ਦੇ ਵਿੱਚ ਚੰਡੀਗੜ੍ਹ ਫਾਇਰ ਸਰਵਿਸ ਅਤੇ ਚੰਡੀਗੜ੍ਹ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਹਨਾਂ ਨੇ ਇਸ ਪੰਛੀ ਦੀ ਜਾਨ ਬਚਾਈ। ਅਤੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਪੰਛੀ ਦਾ ਸਾਥੀ ਉਸਦੀ ਜਾਨ ਮੁੱਠੀ 'ਚ ਆਈ ਹੋਈ ਹੈ ਅਤੇ ਉਸਦੇ ਆਲੇ ਦੁਆਲੇ ਫੜਫੜਾਉਂਦਾ ਫਿਰ ਰਿਹਾ ਹੈ ਕਿ ਕਿਸੇ ਤਰ੍ਹਾਂ ਇਸਦੀ ਜਾਨ ਬਚ ਜਾਵੇ। ਤੁਸੀਂ ਵੀ ਦੇਖ ਸਕਦੇ ਹੋ ਕਿ ਜਦੋਂ ਉਸ ਪੰਛੀ ਦੀ ਜਾਨ ਬਚੀ ਅਤੇ ਉੱਡ ਗਿਆ ਤਾਂ ਉਸਦੇ ਸਾਥੀ 'ਤੇ ਉਸਨੇ ਕਿੰਨੀਆਂ ਦੁਆਵਾਂ ਦਿੱਤੀਆਂ ਹੋਣਗੀਆਂ। ਤਾਂ ਅੱਗੇ ਤੋਂ ਅਸੀਂ ਸਾਰੇ ਵੀ ਧਿਆਨ ਰੱਖੀਏ ਕਿ ਜੇਕਰ ਅਸੀਂ ਕਿਸੇ ਜਾਨਵਰ ਪੰਛੀ ਨੂੰ ਫਸਿਆ ਹੋਇਆ ਦੇਖਦੇ ਹਾਂ, ਮੁਸੀਬਤ ਵਿੱਚ ਦੇਖਦੇ ਹਾਂ, ਤਾਂ ਉਸਦੀ ਮਦਦ ਜ਼ਰੂਰ ਕੀਤੀ ਜਾਵੇ। ਅੰਤ ਵਿੱਚ ਅਸੀਂ ਧੰਨਵਾਦੀ ਹੋਵਾਂਗੇ ਉਸ ਲੜਕੀ ਦੇ ਜਿਸਨੇ ਕਿ ਇਸ ਪੰਛੀ ਦੀ ਜਾਨ ਬਚਾਈ ਅਤੇ ਪੁਲਿਸ ਔਫਿਸਰ ਸ਼੍ਰੀ ਮੁਸਤਕ ਅਲੀ ਦਾ, ਜਿਨ੍ਹਾਂ ਨੇ ਕਿ ਇਨਸਾਨੀਅਤ ਦਿਖਾਉਂਦੇ ਹੋਏ ਇਸ ਪੰਛੀ ਦੀ ਜਾਨ ਬਚਾਈ।